ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਅੱਜ ਜਿਹੜੀ ਆਪਾਂ ਵੀਡੀਓ ਲੈ ਕੇ ਆਏ ਆਂ ਈ ਤੁਹਾਡੇ ਕੋਲੇ ਇੱਕ ਨਾ ਆਪਣੇ ਕੋਲੇ ਸਪਰੇਅ ਪੰਪ ਆ ਨਾਮ ਹੈ ਡੇਬਾਈ ਗੁਰਪ੍ਰੀਤ ਦਾ ਹੈਗਾ ਤੇ ਇਹਦੇ ਵਿੱਚ ਆ ਗਈ ਆਹੀ ਪ੍ਰੋਬਲਮ ਹੁਤੇ ਬਾਰੇ ਆਪਾਂ ਜਾਣਕਾਰੀ ਸਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਖੋਲ ਕੇ ਵੀ ਦੇਖਾਂਗੇ ਇਹਦੇ ਵਿੱਚ ਕੀ ਕੀ ਹੁੰਦਾ ਕੀ ਇਹ ਕਾਮਯਾਬ ਚੀਜ਼ ਆ ਜਾਂ ਇਹਨੂੰ ਕਾਮਯਾਬ ਕਰਨ ਵਾਸਤੇ ਆਪਾਂ ਨੂੰ ਕੀ ਕੁਝ ਚਾਹੀਦਾ ਸਭ ਤੋਂ ਪਹਿਲਾਂ ਤੁਸੀਂ ਦੇਖੋ ਵੀ ਇਹਦੇ ਨਾਲ ਚਾਰਜਰ ਆਉਂਦਾ ਹੈ ਚਾਰਹੀ ਤੇ ਲਾਇਆ ਆ ਤੇ ਇਹਦੀ ਜਿਹੜੀ ਲੋ ਜਦੋਂ ਚਾਰਜ ਤੇ ਲਾਉਨੇ ਆ ਜਿਹੜਾ ਲੋ ਬੈਟਰੀ ਵਾਲਾ ਇੰਡੀਕੇਟਰ ਆ ਉਹ ਆਉਣ ਹੁੰਦਾ ਤੇ ਵੀਡੀਓ ਤੁਸੀਂ ਸਾਊਂਡ ਸੁਣ ਸਕਦੇ ਆ ਥੋੜਾ ਜਿਹਾ ਗੂੰਗ ਦੀ ਆਵਾਜ਼ ਕਰਕੇ ਚੱਲਦਾ ਪਿਆ ਵੀ ਜਿਆਦਾ ਵਧੀਆ ਤਰੀਕੇ ਨਾਲ ਨਹੀਂ ਚੱਲਦਾ ਹੁਣ ਇਹਦੇ ਪਿੱਛੇ ਕੀ ਕਾਰਨ ਹੋ ਸਕਦਾ ਉਹ ਵੀ ਆਪਾਂ ਜਾਣਾਂਗੇ ਤੇ ਬਾਕੀ ਪ੍ਰੈਸ਼ਰ ਵਗੈਰਾ ਇਹਦਾ ਖੈਰ ਚੰਗਾ ਹੁੰਦਾ ਜਿਹੜੇ ਵੀ ਰਾਣੇ ਵਰਤਿਆ ਉਹ ਕਮੈਂਟ ਜਰੂਰ ਕਰਿਓ ਵੀ ਕਿਸ ਤਰ੍ਹਾਂ ਦਾ ਇਹ ਹੈਗਾ ਪਰ ਇਸ ਵਕਤ ਆਪਣੇ ਕੋਲੇ ਇਹ ਕੰਪਲੀਟ ਦੇ ਵਿੱਚ ਆਈ ਬਣਿਆ ਵਧੀਆ ਹੈ ਤੇ ਹੁਣ ਆਪਾਂ ਇਹਨੂੰ ਦੇਖਦੇ ਹਾਂ ਸਾਰਾ ਇਹਦੇ ਵਿੱਚ ਦੋ ਸੂਚਾਂ ਹੈਗੀਆਂ ਜੀ ਇਹ ਤੇ ਫਾਸਟ ਔਰ ਸਲੋ ਮੂਡ ਵਾਸਤੇ ਔਰ ਇੱਕ ਨਾਲ ਜਿਵੇਂ ਵੋਲੀਅਮ ਟੋਨ ਹੁੰਦੀ ਨਾ ਆਪਣੀ ਆਵਾਜ਼ ਵਧ ਘਟ ਕਰਨ ਵਾਲੀ ਉਹ ਸਾਫ਼ ਤੇ ਇੱਕ ਇਹਦੇ ਚ ਟੋਨ ਲੱਗੀ ਵੀ ਆ ਜਿਹਦੇ ਤੋਂ ਆਪਾਂ ਇਹਦੀ ਮੋਟਰ ਦੀ ਜਿਹੜੀ ਸਪੀਡ ਉਹ ਵਧ ਘਟ ਕਰਕੇ ਆਪਾਂ ਪ੍ਰੈਸ਼ਰ ਵਧਾ ਘਟਾ ਸਕਦੇ ਹਾਂ ਤੇ ਇਹ ਜਿਹੜਾ ਆਪਾਂ ਪਹਿਲਾਂ ਤੁਹਾਨੂੰ ਦਿਖਾਇਆ ਸੀ ਇਹਦਾ ਇੰਡੀਕੇਟਰ ਸੀਗਾ ਨਾਲ ਹੀ ਆਪਾਂ ਇਹਦੀ ਲਾ ਲੈਨੇ ਆ ਗੰਨ ਕਾਫੀ ਹੈਵੀ ਹੈ ਉਹ ਆਪਾਂ ਲਾ ਲੈਨੇ ਆ ਲਾ ਕੇ ਇਹਨੂੰ ਦੇਖਦੇ ਆਂ ਵੀ ਇਹ ਕਿੱਥੋਂ ਖੁੱਲਦਾ ਵਗੈਰਾ ਹੈਗਾ ਕਿਉਂ ਆਪਾਂ ਇਹਨੂੰ ਫਸਟ ਟਾਈਮ ਖੋਲਣ ਲੱਗੇ ਆ ਪਹਿਲਾਂ ਇਸ ਤੋਂ ਪਹਿਲਾਂ ਨਹੀਂ ਆਪਾਂ ਇਹ ਖੋਲਿਆ ਤੇ ਜਿਹੜਾ ਇਹਦਾ ਜਿਗਾੜ ਆ ਭਾਰਾ ਥੱਲੇ ਵਾਲੇ ਪਾਸੇ ਲੱਗਦਾ ਸੀ ਕਿ ਆਪਾਂ ਇਹਦਾ ਵਜਨ ਵੀ ਚੈੱਕ ਕਰਦੇ ਆਂ ਜਿਹੜੀ ਖਾਲੀ ਢੋਲੀ ਆ ਨਾ ਇਹਦਾ ਤੁਸੀਂ ਵਜਨ ਚੈੱਕ ਕਰੋ ਤਕਰੀਬਨ ਤਕਰੀਬਨ 7 ਕਿਲੋ 6 ਕਿਲੋ ਦੇ ਆਸ-ਪਾਸ ਹੈਗੀ ਆ ਇਹ ਬੰਦੇ ਦੇ ਉੱਤੇ 6 ਕਿਲੋ ਭਾਰ ਲਗਭਗ ਇਹਦਾ ਰਹਿੰਦਾ ਹੀ ਰਹਿੰਦਾ ਤੇ ਜਿਹੜਾ ਇਹਦੇ ਵਿੱਚ ਜਦੋਂ 15-16 ਲੀਟਰ ਪਾਣੀ ਪੈ ਗਿਆ ਆ ਮੰਨ ਕੇ ਚੱਲੋ ਵੀ 20 ਤੋਂ 25 ਕਿਲੋ ਵਜਨ ਬਣ ਜਾਂਦਾ ਜਿਵੇਂ ਇੰਜਾਂ ਨਾਲ ਆ ਹੈਗਾ ਉਹ ਮੇਰੇ ਖਾਲ ਤੇ ਕਿਲੋ ਖੰਡ ਇਹਦੋਂ ਵੀ ਭਾਰਾ ਹੋਊਗਾ ਤੇ ਇਹ ਬੈਟਰੀ ਵਾਲਾ ਕਰਕੇ ਤੇ ਹੁਣ ਆਪਾਂ ਤੁਹਾਨੂੰ ਇਹਨੂੰ ਖੋਲਦੇ ਆਪਾਂ ਇੱਥੇ ਆਪਣੇ ਕੋਲੇ ਇੱਕ ਸਕਰੂ ਡ੍ਰਾਈਵਰ ਹੈਗਾ ਜਿਹੜਾ ਕਿ ਬੈਟਰੀ ਦੇ ਨਾਲ ਅਪਰੇਟ ਹੁੰਦਾ ਇਹ ਥੱਲੇ ਇਹਦੇ ਨਾਟ ਲੱਗੇ ਆ ਇੱਥੋਂ ਆਪਾਂ ਖੋਲ੍ਹਾਂਗੇ ਇਹ ਦੇਖੋ 1 2 ਇਹ ਥੱਲੇ ਨਾ ਸਕਰੂ ਲੱਗੇ ਹੋਏ ਜੀ 5 6 ਇਹ ਜਿਹੜੇ ਆਪਾਂ ਖੋਲ ਲੈਨੇ ਆ ਖੋਲ ਕੇ ਤੇ ਆਪਾਂ ਨੂੰ ਇਹਦਾ ਜਿਹੜਾ ਇਹ ਥਲਾ ਮਟੀਰੀਅਲ ਆ ਉਹ ਸਾਰੇ ਦਾ ਪਤਾ ਲੱਗ ਜਾ ਕਿ ਕੰਟਰੋਲਰ ਵਗੈਰਾ ਕੀ ਹੈ ਤੇ ਜਿ ਲੱਗਿਆ ਹੋਆ ਉਹਦੇ ਬਾਰੇ ਸਾਰੀ ਜਾਣਕਾਰੀ ਹੈ ਜਿਹੜੀ ਉਹ ਆਪਾਂ ਘਟੀ ਕਰਦੇ ਇਹ ਜਿਹੜੀ ਪਲੇਟਾਂ ਇਹ ਆਪਾਂ ਲਾ ਲੈਨੇ ਆ ਕੋੜਾ ਐਂਗਲ ਹੋ ਸਕਦਾ ਕੈਮਰੇ ਦਾ ਗਲਤ ਹੋਵੇ ਕਿਉਂ ਮੈਂ ਉਸੇ ਇੱਕ ਹੱਥ ਨਾਲ ਕੰਮ ਕਰ ਰਿਹਾ ਤੇ ਇੱਕ ਨਾਲ ਕੈਮਰਾ ਫੜਿਆ ਹੋਇਆ ਇਹ ਪਹਿਲਾਂ ਦੇਖੋ ਜੀ ਕਿਸੇ ਦੀ ਇਹਦੇ ਵਿੱਚ ਗਲਤੀ ਹੈਗੀ ਆ ਜਿਨ੍ਹਾਂ ਨੇ ਬਣਾਇਆ ਜਾਂ ਜਿਨ੍ਹਾਂ ਨੇ ਫਿਟਿੰਗ ਕੀਤੀ ਆ ਇਹਦੇ ਵਿੱਚ ਲੱਗੀਆਂ ਦੋ ਮੋਟਰਾਂ ਜੀ ਜਿਵੇਂ ਦੋ ਸੁਚਾਂ ਤੋਂ ਆਪਰੇਟ ਹੁੰਦੀਆਂ ਇੱਕ ਜਿਹੜੀ ਹੈਗੀ ਆ ਮੰਨ ਲਓ ਆਪਣੀ ਵੋਲਿਊਮ ਟਾਉਣ ਲੱਗੀ ਹੈ ਉਹ ਤੋਂ ਕੰਟਰੋਲ ਹੁੰਦੀ ਆ ਉਹਦਾ ਕੰਟਰੋਲਰ ਵਗੈਰਾ ਤਾਂ ਮੈਨੂੰ ਇੱਥੇ ਕੋਈ ਨਹੀਂ ਸ਼ੋ ਹੋਇਆ ਹੋ ਸਕਦਾ ਇਹਨਾਂ ਦੇ ਵਿੱਚ ਹੀ ਕੋਈ ਜ਼ਿਕਾੜ ਕੀਤਾ ਹੋਵੇ ਅੱਜ ਜਿਵੇਂ ਤੁਹਾਨੂੰ ਆਪਾਂ ਦੱਸਿਆ ਵੀ ਕਿਸੇ ਨੇ ਪਹਿਲਾਂ ਕੱਸਣ ਲੱਗੇ ਨੇ ਵਿੱਚ ਨਾੜ ਵੀ ਦੇਖਾ ਨਾੜ ਦੇ ਵਿੱਚ ਤਾਰ ਦੇ ਕੇ ਕੱਸਤੀ ਆ ਚਲੋ ਆਪਾਂ ਇਹ ਵੀ ਕੱਢਦੇ ਆ ਚਲੋ ਤਾਰ ਨੂੰ ਟੱਕ ਤਾਂ ਨਹੀਂ ਲੱਗਾ ਸੀਗਾ ਪਰ ਕੱਸੀ ਗਲਤ ਸੀਗੀ ਹੁਣ ਇਹਦੇ ਵਿੱਚ ਬੈਟਰੀ ਆਈ ਥੱਲੇ ਇਹਦੀ ਤੇ ਆਪਾਂ ਬੈਟਰੀ ਆਪਾਂ ਨੂੰ ਪਹਿਲਾਂ ਚੈੱਕ ਕਰਨੀ ਪਣੀ ਆ ਕਿਉਂ ਬੈਟਰੀ ਚਾਰਜ ਚਾਰਜਿੰਗ ਨਹੀਂ ਲੈ ਰਹੀ ਇਹਦੇ ਵਾਸਤੇ ਆਪਾਂ ਬੈਟਰੀ ਖੋਲਦੇ ਆਂ ਇਹ ਇਦੇ ਵੀ ਨਾਟਚਾਰ ਲੱਗੇ ਹੋਏ ਆ ਦੋ ਯੂ ਟੈਪ ਤੇ ਕਲੰਪ ਜਿਹੜੇ ਬਣਾ ਕੇ ਉਹ ਲਾਏ ਹੋਏ ਆ ਤੇ ਇਹ ਦੋਵੇਂ ਆਪਾਂ ਕਲੰਪ ਜਿਹੜੇ ਆ ਉਹ ਖੋਲ ਕੇ ਇਹ ਬੈਟਰੀ ਲਈ ਆਪਾਂ ਕੱਢਾ ਤੇ ਬੈਟਰੀ ਮੈਨੂੰ ਕਾਫੀ ਭਾਰੀ ਲੱਗੀ ਆ ਤੇ ਆਪਾਂ ਬੈਟਰੀ ਦਾ ਵਜ਼ਨ ਚੈੱਕ ਕਰਦੇ ਆ ਕਿੰਨਾ ਵਜ਼ਨ ਹੈਗਾ ਤੇ ਇਹ ਬੈਟਰੀ ਤੁਸੀਂ ਦੇਖ ਸਕਦੇ ਹੋ ਕੰਡਾ ਆਪਾਂ ਕਰ ਲਈ ਚਾਲੂ ਹੁਣ ਆਪਾਂ ਇਹ ਕੰਡੇ ਦੇ ਉੱਪਰ ਰੱਖਦੇ ਆ ਬੈਟਰੀ ਇਹ ਜ਼ੀਰੋ ਆ ਤੇ ਹੁਣ ਦੇਖਿਓ 3 ਕਿਲੋ ਤੋਂ ਉੱਪਰ ਦੀ ਬੈਟਰੀ ਆਈ ਟੋਟਲ ਮੰਨ ਲਓ 6 ਕਿਲੋ ਪੰਪ ਦਾ ਵਜਨ ਸੀ ਅੱਧਾ ਭਾਰ ਇਹ ਬੈਟਰੀ ਦਾ ਤੇ ਬੈਟਰੀ ਇਹ ਕੰਮ ਵੀ ਤਕਰੀਬਨ ਸਾਲ ਕੀ ਚੱਲੀ ਆ ਕੰਮ ਜਿਹੜਾ ਇਹੋ ਛੱਡ ਗਈ ਆ 12 ਵੋਲਟ ਦੀ ਹੈਗੀ ਆ ਜੀ 12 ਐਂਪੀਰ ਦੀ ਆ ਤੇ ਇਹ ਜਿਹੜੀ ਬੈਟਰੀ ਆ ਇਹਦੀ ਜਗ੍ਹਾ ਤੇ ਆਪਾਂ ਕਿਹੜੀ ਚੀਜ਼ ਆਪਾਂ ਨੂੰ ਲਾਉਣੀ ਪਊਗੀ ਕਿਉਂ ਪਹਿਲਾਂ ਇਹਨੂੰ ਆਪਾਂ ਇੱਕ ਵਾਰੀ ਚਾਰਜ ਕਰਕੇ ਤੁਹਾਨੂੰ ਚਲਾ ਕੇ ਦਿਖਾ ਦਿੰਨੇ ਆ ਮੰਨ ਲਓ ਇੱਥੇ ਮੈਂ ਸਿੱਧੀਆਂ ਬੈਟਰੀਆਂ ਦੀਆਂ ਤਾਰਾਂ ਲਾਈਆਂ ਬੈਟਰੀ ਦੀਆਂ ਤਾਰਾਂ ਲਾਏ ਤੋਂ ਜਿਹੜਾ ਆਪਣਾ ਪੰਪ ਆ ਉਹ ਸਹੀ ਕੰਮ ਕਰਦਾ ਤੇ ਹੁਣ ਆਪਾਂ ਨੂੰ ਜ਼ਰੂਰਤ ਪਊਗੀ ਇਹਦੀ ਬੈਟਰੀ ਬਦਲਣ ਦੀ ਬੈਟਰੀ ਦੇ ਵਿੱਚ ਆਪਾਂ ਇੱਕ ਨਵੀਂ ਬੈਟਰੀ ਬਣਾ ਕੇ ਤੁਹਾਡੇ ਜਿਵੇਂ ਆਪਾਂ ਗੱਲ ਕੀਤੀ ਆ ਵੀ ਇਹਦੀ ਜਿਹੜੀ ਬੈਟਰੀ ਆ ਬੈਟਰੀ ਇਹਦੀ ਪ੍ਰੋਪਰ ਜਿਹੜੀ ਆ ਉਹ ਵਰਕ ਨਹੀਂ ਕਰ ਰਹੀ ਤੇ ਹੁਣ ਆਪਾਂ ਇਹਦੇ ਵਾਸਤੇ ਬੈਟਰੀ ਬਣਾਵਾਂਗੇ ਜਿਹੜੀ ਬੈਟਰੀ ਆਪਾਂ ਖੁਦ ਬਣਾਵਾਂਗੇ ਆਪਾਂ ਨੂੰ ਇਹਦੇ ਮੁਤਾਬਕ ਹੋ ਸਕਦਾ ਇਸੇ ਰੇਟ 'ਚ ਹੀ ਪਵੇ ਪਰ ਉਹਦੀ ਲਾਈਫ ਜਿਹੜੀ ਹੋਊਗੀ ਉਸ ਲਗਭਗ 5 ਸਾਲ ਤੋਂ ਲੈ ਕੇ 7 ਸਾਲ ਤੱਕ ਜਿਮੜੀ ਅੱਜ ਕੱਲ ਆਉਣ ਵਾਲੇ ਜਿਹੜੀਆਂ ਕਾਰਾਂ ਹੈਗੀਆਂ ਜਿਹੜੀਆਂ ਅੱਜ ਕੱਲ ਆਉਂਦੀਆਂ ਉਹਨਾਂ ਦੇ ਵਿੱਚ ਜਿਵੇਂ ਲੀਥੀਅਮ ਜਾਂ ਜਿਹੜੀਆਂ ਈ ਬਾਈਕ ਆਉਂਦੀਆਂ ਉਹਨਾਂ ਦੇ ਵਿੱਚ ਲੀਥੀਅਮ ਬੈਟਰੀ ਜਿਹੜੀ ਹੁੰਦੀ ਆ ਜੋ ਆਪਾਂ ਖੁਦ ਤਿਆਰ ਕਰਾਂਗੇ ਉਹ ਆਪਾਂ ਕਰਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਜੇ ਇਹ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣੀ ਰਾਇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਤਾਂ ਕਿ ਆਪਾਂ ਤੁਹਾਡੇ ਕੋਲ ਇਹ ਜਿਹੜੀ ਲੀਥੀਅਮ ਬੈਟਰੀ ਵਾਲੀ ਵੀਡੀਓ ਉਹ ਸਾਂਝੀ ਕਰੀਏ ਤੇ ਆਪਣੇ ਕਿਸਾਨ ਭਰਾਵਾਂ ਦਾ ਜਿਹੜਾ ਹੈਗਾ ਉਹ ਫਾਇਦਾ ਹੋ ਸਕੇ ਕਿਉਂ ਜਿਹੜੀ ਬੈਟਰੀ ਦੀ ਕੀਮਤ ਆ ਕਾਫੀ ਆ ਇਸੇ ਇਦੋਂ ਘੱਟ ਕੀਮਤ ਦੇ ਵਿੱਚ ਉਹ ਆਪਾਂ ਨੂੰ ਬੈਟਰੀ ਤਿਆਰ ਹੋ ਜਾਣੀ ਆ ਵਜਨ ਵੀ ਉਹ ਤਾਂ ਮੇਰੇ ਖਿਆਲ ਤੇ ਹੋ ਸਕਦਾ 8 ਕਿਲੋ ਤੋਂ ਲੈ ਕੇ 1 ਕਿਲੋ ਦਰਮਿਆਨਾ ਹੋਵੇ ਪਰ ਉਹਦੀ ਜਿਹੜੀ ਲਾਈਫ ਰਹੂਗੀ ਉਹ 5 ਸਾਲ ਤੋਂ ਲੈ ਕੇ 7 ਸਾਲ ਤੱਕ ਰਹੂਗੀ ਆਮ ਤਾਂ ਬੈਟਰੀ ਦੀ ਉਹਦੀ ਮਨਿਆਦ ਜਿਹੜੀ ਉਹ 10 ਸਾਲ ਕਹਿੰਦੇ ਆ ਪਰ ਆਪਾਂ ਤੁਹਾਡੇ ਨਾਲ 5 ਸਾਲ ਦਾ ਵਾਅਦਾ ਕਰਦੇ ਆ ਯਾਨੀ ਕਿ 5 ਸਾਲ ਤਾਂ ਉਹ ਚੱਲੂਗੀ ਚੱਲੂਗੀ ਇਹ ਲਗਭਗ ਕੀਮਤ ਵੀ ਇਹਦੀ ਰਹੂਗੀ ਤੇ ਆਉਣ ਵਾਲੀ ਵੀਡੀਓ ਦੇ ਵਿੱਚ ਆਪਾਂ ਉਹਦੇ ਬਾਰੇ ਜਾਣਕਾਰੀ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਵੀਡੀਓ ਅੱਜ ਵਾਲੀ ਵੇਖਣ ਲਈ ਬਹੁਤ-ਬਹੁਤ ਧੰਨਵਾਦ ਮਿਲਦੇ ਹਾਂ ਇੱਕ ਨਵੀਂ ਵੀਡੀਓ ਲੈ ਕੇ